Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਮਿਲ ਰਿਹਾ ਸੀ, ਖੈਰ ਜੇ ਅੰਦਰ ਜਾ ਕੇ ਘਰਦਿਆਂ ਨੂੰ ਦੱਸਿਆ ਕਿ ਫੋਨ ਨਹੀਂ ਮਿਲ ਰਿਹਾ ਤਾਂ ਸਾਰੇ ਪੈਨਿਕ ਕਰਨਗੇ। ਕੋਈ ਗੱਲ? ਹਾਂਜੀ, ਗੱਲ ਹੋ ਗਈ ਹੈ, ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਨੈਟਵਰਕ ਪ੍ਰੋਬਲਮ ਕਰਕੇ ਗੱਲ ਥੋੜ੍ਹੀ ਹੋਈ ਹੈ, ਲੇਕਿਨ ਸਭ ਠੀਕ ਹੈ। ਕਰਦਿਆਂ ਵਿੱਚ ਹੀ ਫੋਨ ਕੱਟ ਗਿਆ, ਫਿਰ ਇਸ਼ਾਨ ਵੀਰੇ ਨੇ ਬੈਕ ਕਾਲ ਕਿਉਂ ਨਹੀਂ ਕੀਤੀ? ਕਿਹਦੇ ਨਾਲ ਕੰਟੈਕਟ ਕਰਾਂ? ਹਾਂ, ਹੈਲੋ, ਸਤਿ ਸ੍ਰੀ ਅਕਾਲ। ਉਹ ਮੈਂ ਪੁੱਛਣਾ ਸੀਗਾ ਕਿ ਇਸ਼ਾਨ ਵੀਰੇ ਤੇ ਭਾਬੀ ਜੀ ਨਿਕਲ ਗਏ ਨੇ? ਉਹਨਾਂ ਨੂੰ ਨਿਕਲੇ ਤਾਂ ਪੌਣਾ ਘੰਟਾ ਹੋ ਗਿਆ ਹੋਣਾ। ਵੈਸੇ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਉਹ ਜਲਦੀ ਹੌਸਪੀਟਲ ਪਹੁੰਚਣਗੇ, ਸ਼ਾਇਦ ਉਹ ਹੌਸਪੀਟਲ ਨਾਲ ਨਿਕਲ ਗਏ ਹੋਣ। ਠੀਕ ਹੈ ਅੰਕਲ ਜੀ, ਠੀਕ ਹੈ ਪੁੱਤਰ। ਇੱਕ ਵਾਰੀ ਵੀਰੇ ਦੇ ਹਸਪਤਾਲ 'ਚ ਕਾਲ ਕਰਕੇ ਤਸੱਲੀ ਕਰ ਲੈਣਾ। ਹੈਲੋ ਜੀ, ਮੈਂ ਇਸ਼ਾਨ ਵੀਰੇ ਦਾ ਛੋਟਾ ਭਰਾ ਗੱਲ ਕਰ ਰਿਹਾ। ਡਾਕਟਰ ਇਸ਼ਾਨ ਹੌਸਪੀਟਲ 'ਚ ਆ ਗਏ ਨੇ? ਨਹੀਂ ਸਰ, ਉਹਨਾਂ ਨਾਲ ਗੱਲ ਹੋਈ ਸੀ, ਉਹਨਾਂ ਨੇ ਕਿਹਾ ਵੀ ਦਿਨ 1 ਆਰ ਪਹੁੰਚਣਗੇ, ਸੋ ਆ ਹੀ ਰਹੇ ਹੋਣਗੇ। ਓਕੇ ਜੀ, ਥੈਂਕ ਯੂ। ਤੁਸੀਂ ਗੱਲ ਕਿਹਦੇ ਨਾਲ ਕਰ ਰਹੇ ਸੀ? ਤੁਸੀਂ ਜਾ ਕਿੱਧਰ ਰਹੇ ਹੋ? ਤੇਰੇ ਨਾਲ ਮਤਲਬ? ਤੈਨੂੰ ਕਿੰਨੀ ਵਾਰੀ ਕਿਹਾ ਆਪਣੀ ਹੱਦ ਵਿੱਚ ਰਿਹਾ ਕਰ। ਮੈਂ ਤਾਂ ਆਪਣੀ ਹੱਦ 'ਚ ਹੀ ਹਾਂ, ਪਰ ਮੰਮੀ ਜੀ ਤਾਂ ਕੀ, ਜਿਹੜਾ ਮੈਨੂੰ ਬੱਚੇ ਲਈ ਤਾਨੇ ਮਾਰਦੇ ਰਹਿੰਦੇ ਨੇ। ਤੁਹਾਨੂੰ ਤਾਂ ਕੁਛ ਨਹੀਂ ਕਹਿੰਦੇ ਨਾ? ਵਿਆਹ ਤੋਂ ਬਾਅਦ ਹਰ ਮਾਂ ਪਿਓ ਆਪਣੇ ਬੱਚੇ ਨੂੰ ਪੁੱਛਦਾ ਹੈ। ਜੇ ਇੱਦਾਂ ਦੀ ਗੱਲ ਹੈ ਤਾਂ ਤੁਸੀਂ ਕਿਉਂ ਨਹੀਂ ਜਵਾਬ ਦੇ ਦਿੰਦੇ ਉਹਨਾਂ ਨੂੰ? ਕੱਢੋ ਕੋਈ ਹੱਲ। ਹੱਲ ਚਾਹੀਦਾ ਤੈਨੂੰ? ਹੱਲ ਕੱਢਿਆ ਸੀ ਨਾ ਮੈਂ ਵਿਆਹ ਦੇ ਵਿੱਚ, ਕਰ ਪਾਈ ਤੂੰ? ਗੱਡੀ ਦਾ ਬੜਾ ਖਤਰਨਾਕ ਐਕਸੀਡੈਂਟ ਹੋਇਆ ਕਰਨੈਲ ਸਿੰਘ, ਗੱਡੀ ਦਾ ਤਾਂ ਕੁਛ ਬਚਿਆ ਹੀ ਨਹੀਂ। ਮੈਂ ਹੁਣੇ ਪੁਲਿਸ ਨੂੰ ਫੋਨ ਕਰਦਾ। ਹੈਲੋ,
ਲੱਗਦਾ ਹੈ ਗੱਡੀ ਚਲਾਉਣ ਵਾਲਾ ਇਕੱਲਾ ਨਹੀਂ ਸੀ, ਕੋਈ ਹੋਰ ਵੀ ਸੀ, ਪਰ ਹਜੇ ਤੱਕ ਲੱਭਿਆ ਕਿਉਂ ਨਹੀਂ ਕੋਈ? ਜੈ ਮਾਂ ਕਾਲੀ, 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 ਜੈ ਮਾਂ ਕਾਲੀ। ਹੁਣ ਤੱਕ ਤੇ ਸ਼ਿਵਿਕਾ ਤੇ ਸ਼ਾਨ ਦੀ ਗੱਡੀ ਸਵਰਗ ਤੱਕ ਪਹੁੰਚ ਹੀ ਗਈ ਹੋਣੀ। ਹਾਂ ਬਾਈ ਜੀ, ਮੈਂ ਡਾਕਟਰ ਦੇ ਫੋਨ ਤੇ ਲਾਇਆ ਸੀ ਫੋਨ, ਮਿਲ ਨਹੀਂ ਸੀ ਰਿਹਾ। ਇਹਦਾ ਮਤਲਬ ਕਿ ਉਹਦਾ ਕੰਮ ਹੋ ਗਿਆ। ਜੈ ਮਾਂ ਕਾਲੀ, ਜੈ ਮਾਂ ਕਾਲੀ, ਜੈ ਮਾਂ, ਜੈ ਮਾਂ, ਜੈ ਮਾਂ ਕਾਲੀ। ਅੱਜ ਮੈਂ ਬਹੁਤ ਖੁਸ਼ ਹਾਂ। 5 ਕਿਲੋ ਮਠਿਆਈ ਤੇ ਫਲ ਲੈ ਕੇ ਆਓ। ਅੱਜ ਮਾਂ ਕਾਲੀ ਨੂੰ ਪ੍ਰਸ਼ਾਦ ਮੈਂ ਆਪਣੇ ਵੱਲੋਂ ਚੜਾਉਂਗਾ। ਪੰਡਿਤ ਜੀ ਵੀ ਆ ਗਏ। ਪੰਡਿਤ ਜੀ, ਜੈ ਮਾਂ ਕਾਲੀ। ਪੰਡਿਤ ਜੀ, ਜੈ ਮਾਂ ਕਾਲੀ। ਪੰਡਿਤ ਜੀ, ਅੱਜ ਮੈਂ ਬਹੁਤ ਖੁਸ਼ ਹਾਂ। ਅੱਜ ਮਾਂ ਕਾਲੀ ਨੂੰ ਪ੍ਰਸ਼ਾਦ ਮੇਰੇ ਵੱਲੋਂ ਤੇ ਅੱਜ ਆਰਤੀ ਤੋਂ ਬਾਅਦ ਹੋਣ ਵਾਲੀ ਪੂਜਾ ਮੈਂ ਆਪ ਕਰਨੀ ਚਾਹੁੰਦਾ। ਉਹ ਤਾਂ ਠੀਕ ਹੈ, ਪਹਿਲਾਂ ਆ ਕੇ ਮੰਦਿਰ ਦੀ ਸਫਾਈ ਤਾਂ ਕਰ ਦੇ। ਸ਼ਿਵਿਕਾ ਤੇ ਸ਼ਾਨ ਨੇ ਪੂਰੇ ਪਿੰਡ ਵਿੱਚ ਮੈਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ। ਸਾਰਾ ਪਿੰਡ ਮੇਰੇ ਤੋਂ ਨਫ਼ਰਤ ਕਰਦਾ ਹੈ। ਹੁਣ ਮੈਨੂੰ ਆਪਣੀ ਇੱਜ਼ਤ ਵਾਪਿਸ ਕਮਾਉਣੀ ਪਏਗੀ। ਫੋਨ ਸਰ ਨੂੰ ਦਿਖਾਉਣਾ, ਸ਼ਾਇਦ ਇਸ ਨਾਲ ਗੱਡੀ ਦੇ ਮਾਲਕ ਦੀ ਕੋਈ ਜਾਣਕਾਰੀ ਮਿਲ ਜਾਵੇ। ਸਰ, ਐਕਸੀਡੈਂਟ ਸਪੋਟ ਤੋਂ ਇਹ ਫੋਨ ਲੱਭਿਆ। ਪਾਣੀ ਨਾਲੇ ਬਿਲਕੁਲ ਡੈਮੇਜ ਹੋ ਗਿਆ, ਹੁਣ ਇਹ ਸਾਡੇ ਕੰਮ ਦਾ ਨਹੀਂ ਰਿਹਾ। ਨੰਬਰ ਪਲੇਟ ਗੱਲ ਸੁਣ, ਆ ਨੰਬਰ ਪਲੇਟ ਪਈ ਹੈ, ਲੈ ਕੇ ਆ। ਇਸ ਤੋਂ ਇਹਦੇ ਮਾਲਕ ਦੀ ਪਹਿਚਾਣ ਆਸਾਨੀ ਨਾਲ ਹੋ ਜਾਏਗੀ। ਜੀ ਸਰ, ਹੁਣ ਦੇਖਦਾ। ਸਰ, ਗੱਡੀ ਦਾ ਨੰਬਰ ਹੈ PB11B2677। ਨੰਬਰ ਤਾਂ ਪਟਿਆਲੇ ਦਾ, ਇਹ VIP ਲੱਗਦਾ। ਉੱਦਾਂ ਕਰ, RTO ਦਫ਼ਤਰ ਜਾ ਤੇ ਜਾ ਕੇ ਪਤਾ ਲਗਾ ਕਿ ਇਹ ਨੰਬਰ ਪਲੇਟ ਕਿਸ ਦੇ ਨਾਮ ਤੇ ਰਜਿਸਟਰਡ ਹੈ। ਅਜੇ ਤੱਕ ਐਕਸੀਡੈਂਟ ਸਪੋਟ ਤੋਂ ਕੋਈ ਵੀ ਬੋਡੀ ਰਿਕਵਰ ਨਹੀਂ ਹੋਈ। ਇੱਦਾਂ ਕਰਦੇ ਹਾਂ, ਅਸੀਂ ਰਿਸਰਚ ਜਾਰੀ ਰੱਖਦੇ ਹਾਂ। ਸਾਨੂੰ ਫਾਈਨਲ ਰਿਪੋਰਟ ਸਬਮਿਟ ਕਰਨ ਤੋਂ ਪਹਿਲਾਂ ਐਟਲੀਸਟ 24 ਆਵਰਸ ਵੇਟ ਕਰਨਾ ਚਾਹੀਦਾ। ਤਾਂ ਉਦੋਂ ਤੱਕ ਤੁਸੀਂ ਆਸੇ ਪਾਸੇ ਵੇਖੋ, ਹੋ ਸਕਦਾ ਵਿਕਟਮ ਦੀ ਬੋਡੀ ਜਾਂ ਟ੍ਰੇਸਿਸ ਵਗੈਰਾ ਮਿਲ ਜਾਣ। ਜੀ ਸਰ। ਜੈ ਮਾਂ ਕਾਲੀ। ਹੈਲੋ ਪ੍ਰਸ਼ਾਦ ਪੰਡਿਤ ਜੀ, ਪੂਰੇ 5 ਕਿਲੋ ਲੱਡੂ ਨੇ, ਸਾਰੇ ਪਿੰਡ 'ਚ ਵੰਡਿਓ ਪ੍ਰਸ਼ਾਦ। ਇਹ ਤਾਂ ਚੰਗੀ ਗੱਲ ਹੈ, ਪਰ ਉਹਦੇ ਲਈ ਪਹਿਲਾਂ ਮਾਂ ਕਾਲੀ ਨੂੰ ਭੋਗ ਤਾਂ ਲਵਾ ਲੈ। ਸ਼ਿਵਿਕਾ ਨੂੰ ਨਾ ਇਹਨੂੰ ਬਖਸ਼ਣਾ ਨਹੀਂ ਚਾਹੀਦਾ ਸੀ। ਮੈਨੂੰ ਤਾਂ ਹਜੇ ਵੀ ਲੱਗਦਾ ਕਿ ਸੁਧਰਿਆ ਨਹੀਂ ਹੈ।
ਲਿਆਓ ਪੰਡਿਤ ਜੀ। ਹੇ ਮਾਂ ਕਾਲੀ, ਮੈਂ ਆਪਣੀ ਹਰ ਗਲਤੀ ਦੀ ਤੁਹਾਡੇ ਤੋਂ ਮਾਫੀ ਮੰਗਦਾ ਤੇ ਆਪਣੀ ਗਲਤੀ ਦੀ ਭੁੱਲ ਬਖਸ਼ਾਉਣ ਵਾਸਤੇ ਤੁਹਾਨੂੰ ਪ੍ਰਸ਼ਾਦ ਅਰਪਿਤ ਕਰ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।